ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਘਰ ਪਰਿਵਾਰ ਠੀਕ ਹੋਏਗਾ। ਅਤੇ ਜਿੱਦਾਂ ਤੁਸੀਂ ਪਾਠ ਵਾਲੇ ਦਿਨ ਦਾ ਵਲੋਗ ਦੇਖਿਆ ਅਤੇ ਇਹਨੂੰ ਪਿਆਰ ਦਿੱਤਾ, ਸੋ ਅੱਜ ਹੈਗਾ ਜੀ ਸ਼ਗਨ। ਸ਼ਗਨ ਵਾਲਾ ਦਿਨ ਆ ਅਤੇ ਰੈਡੀ ਸ਼ੈਡੀ ਹੋ ਚੁੱਕੇ ਹਾਂ, ਟੌਹਰਾਂ ਕੱਢ ਲਈਆਂ ਹੋਈਆਂ ਉਹਨਾਂ, ਅਤੇ ਬਾਕੀ ਟਿੱਚ ਹੋ ਚੁੱਕੇ ਆ, ਬਾਕੀ ਵੀ ਸਾਰੇ ਤਿਆਰ ਹੋ ਚੁੱਕੇ ਆ। ਅਤੇ ਹੁਣ ਆਪਾਂ ਚੱਲਦੇ ਹਾਂ ਜਿੱਥੇ ਪਲੇਸ, ਜਿੱਥੇ ਪ੍ਰੋਗਰਾਮ ਆ। ਜ਼ਿਆਦਾਤਰ ਘਰ ਦੇ ਬੰਦੇ ਸਾਰੇ ਚਲੇ ਗਏ, ਕੁਛ ਕੁ ਆਪਾਂ ਹੀ ਰਹਿ ਗਏ ਕਿਉਂਕਿ ਲੇਟ ਸੀਗੇ ਥੋੜ੍ਹੇ ਜਿਹੇ। ਅਤੇ ਆ ਜਾਓ, ਬਾਕੀ ਦਿਖਾਉਂਦੇ ਹਾਂ, ਟੌਹਰਾਂ ਛੋਲਾਂ ਕੱਢ ਲਈਆਂ ਵਾ, ਐਡੀ ਜੀ ਕੱਪੜਾ ਮਾਰ ਲਿਆ ਏ। ਅਤੇ ਆ ਜਾਓ, ਬਣਦੇ ਰਹੋ, ਚੱਲਦੇ ਹਾਂ। ਹਾਂਜੀ ਬ੍ਰਦਰ, ਕਿੱਦਾਂ ਠੀਕ ਹੋ? ਹਾਈਬ੍ਰਿਡ ਆ ਵੀਰ, ਵੈਰੀ ਮਸ ਮੁੰਡਾ ਤਿਆਰ ਹੋ ਗਿਆ ਵਿਆਹ ਵਾਲਾ, ਸ਼ਗਨ ਵਾਲਾ। ਸ਼ਗਨ ਵਾਲੇ ਆ ਰਹੇ, ਮੁੰਡੇ ਨੂੰ ਖੁਸ਼ੀ ਚੜ੍ਹੀ ਹੈ ਪੂਰੀ। ਇੱਧਰ ਗੱਲ ਕਰ, ਮੇਰਾ ਕੀ ਕਹਿੰਦਾ, ਕਮੈਂਟ ਦੇ ਰਿਹਾ ਜੀ ਤਿਆਰੀ ਆ, ਤਿਆਰੀ ਪੂਰੀ, ਡਨ ਆ। ਇਹ ਥੋੜ੍ਹਾ ਨਖਰਾ ਤਾਂ ਦਿਖਾ ਰਿਹਾ, ਦੱਸਣਾ ਨੇ ਆਸਟ੍ਰੇਲੀਆ ਤੋਂ ਆਇਆ ਭੂਆ ਦਾ ਬੰਦਾ, ਇਸ ਕਰਕੇ ਥੋੜ੍ਹਾ ਨਖਰਾ ਦਿਖਾ ਰਿਹਾ ਵਾ, ਹਾਈ ਭਰਾ ਕਹਿੰਦਾ ਵਿੱਚ। ਅਤੇ ਆਪਾਂ ਪਹੁੰਚ ਚੁੱਕੇ ਹਾਂ, ਅਤੇ ਮਾਸੀ ਦਾ ਮੁੰਡਾ, ਮੇਰੀ ਮਾਸੀ ਦਾ ਮੁੰਡੇ ਨੇ ਕਾਲੇ ਕੱਪੜੇ ਪਾਏ ਹੋਏ ਨੇ, ਇਹਨਾਂ ਨੇ ਲੋਕਾਂ ਨੂੰ ਲੁੱਟ ਲੈਣਾ, ਨਾਲੇ ਲੱਕੀ ਜੁੱਤੀ ਪਾ ਕੇ ਆਏ ਹੋਏ ਨੇ। ਇਹਨਾਂ ਨੇ ਜਿਹੜੇ ਸਿਰੇ ਸਿਰੇ ਬਲੈਕ ਕੋਬਰਾ ਖਾਧਾ ਨਾ, ਬਲੈਕ ਕੋਬਰਾ ਲੋਕੀ ਲਾਉਂਦੇ ਆ, ਤੇ ਖਾ ਲਿਆ ਇਹਨਾਂ ਨੇ, ਲਾਲੀਆਂ ਆਉਣ ਲੱਗੀਆਂ ਮੂੰਹ ਤੇ। ਤੇ ਆ ਜਾਓ ਵੀ, ਹੁਣ ਚੱਲਦੇ ਅੰਦਰ ਨੂੰ, ਕੁਛ ਕੌਫੀ ਕੁਫੀ ਪੀਂਦੇ ਆ, ਨਜ਼ਾਰਾ ਲੈਂਦੇ ਆ। ਮੇਰੇ ਹਿਸਾਬ ਨਾਲ ਧੁੱਪ ਜ਼ਿਆਦਾ ਪੈ ਰਹੀ, ਮੂੰਹ ਤੇ ਕਲੀਅਰ ਨਹੀਂ ਆ ਰਿਹਾ ਗਿਆਰਾ, ਉਹ ਬਣਦੇ ਆ। ਸੋ ਮੁੰਡਾ ਸਾਡਾ ਤਿਆਰੀ ਚ ਡੀਕਣ ਦਿਆ, ਸ਼ਗਨ ਵਾਲੇ ਆ ਗਏ ਨੇ ਬਾਹਰ, ਉਹ ਮੁੰਡੇ ਤਿਆਰ ਹੋਏ ਬੈਠੇ, ਤੇ ਉਡੀਕ ਚੱਲ ਰਹੀ ਹੈ ਯੂਰਾਂ ਤੇ। ਆ ਗਏ ਬਾਹਰ, ਆ ਗਏ ਨੇ ਕੁੜੀ ਵਾਲੇ, ਆ ਗਏ ਨੇ। ਮਹਾਰਾਜ ਸ਼ੀਸ਼ਾ ਢੱਕ ਲਓ, ਆ ਸ਼ੀਸ਼ਾ ਢੱਕ ਲਓ, ਜੋ ਦਿਖਣਾ ਨਹੀਂ ਚਾਹੀਦਾ ਬਾਹਰ, ਕੁਛ ਸ਼ੀਸ਼ਾ ਢੱਕ ਲਓ, ਦਿਖਣਾ ਚਾਹੀਦਾ ਬਾਹਰ ਕੁਛ। ਹਾਂ ਵੀਰ ਠੀਕ ਆ, ਕੀ ਹਾਂਜੀ, ਬ੍ਰੇਕਫਾਸਟ ਹੋ ਕੇ ਕਰ ਲਿਆ, ਚਾਹ ਪਾਣੀ ਪੀ ਲਿਆ ਮੇਰੇ ਵੀਰ ਨੇ, ਤੇ ਆਪਾਂ ਵੀ ਪੀ ਲਿਆ ਨਾਲ ਲੱਗਦਿਆਂ ਨੇ। ਤੇ ਹੁਣ ਵਾਰੀ ਆ ਗਈ ਸ਼ਗਨ ਲੱਗਣ ਦੀ, ਹੁਣ ਸੋ ਦੇਖ ਲਾ ਭਰਾ, ਆਉਣ ਆਉਣ ਵਾਲੇ 5 ਸਾਲਾਂ ਨੇ ਤਿੰਨਾਂ ਹੀ ਕੁਛ ਹੋਣਾ, ਜਿੱਦਾਂ ਖੜੇ ਸਾਰੇ ਇੱਧਰ। ਤੁਹਾਡੀ ਤੁਹਾਡੀ ਵਾਰੀ ਵੀ ਇੱਦਾਂ ਲੱਗਣੀ ਕਿਸੇ ਦਿਨ, ਚੱਲ ਮੈਂ ਦੱਸਣ ਦਿਆਂ, ਇੱਥੇ ਹੀ ਆਊਗੀ ਤੂੰ, ਇੱਥੇ ਹੀ ਆਖਰ ਅੰਤ ਤੁਹਾਡਾ, ਇੱਥੇ ਹੀ ਆ। ਹਾਂਜੀ ਇਹ ਤੇ ਪੂਰਾ ਕਾਣਾ ਹੋ ਕੇ ਬੈਠਾ ਇਸ ਟਾਈਮ। ਕਿੱਦਾਂ ਚੱਲ ਰਹੀ ਜ਼ਿੰਦਗੀ ਤੁਹਾਡੀ? ਤੂੰ ਉੱਧਰ ਕੱਲ ਕਹਿ ਰਹੇ ਮੁਸੀਬਤ ਚ ਹੁੰਦਾ ਮੈਂ ਰੋਜ਼। ਹਾਂਜੀ ਉੱਧਰ 99 ਤੇ ਚੜ ਗਿਆ ਜਹਾਜ਼, ਇਹਨੂੰ ਰੋਕ ਲਈਏ, ਬਚਾ ਲਈਏ, ਹਲੇ ਵੀ ਟਾਈਮ ਹੀ, ਇਹਨੂੰ ਰੋਕ ਲਈਏ ਹਲੇ ਵੀ। ਚਾਹੀਏ ਤੂੰ ਤੇ ਕਹਿਣਾ, ਤੂੰ ਤੇ ਡੁੱਬਿਆ ਆ ਕੇ ਆਓ ਜੀ। ਵਧੀਆ ਕਮੀ ਕਾਹਦੀ?
ਜਿਵੇਂ ਕਿ ਇਹ ਡਿਸਐਡਵਾਂਟੇਜ ਹੋ ਗਈ ਹੈ ਨਹੀਂ ਆਪਾਂ ਕਰਦੇ ਰਾਤ ਨੂੰ ਕਰਦੇ ਪੂਰੀਆਂ ਨਾ ਵੀਰ ਤਿਆਰੀ ਯਾਰ ਹੈਂ ਮਨ ਤੇ ਨਹੀਂ ਘਬਰਾਉਂਦਾ ਚੌੜਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਘਰ ਪਰਿਵਾਰ ਠੀਕ ਹੋਏਗਾ ਤੇ ਬਾਕੀ ਤੁਸੀਂ ਸ਼ਗਨ ਵਾਲੇ ਵਲੌਗ ਦੇਖਿਆ ਸੀ ਤੇ ਅੱਜ ਹੈਗਾ ਆਪਣਾ ਬਰਾਤ ਵਾਲਾ ਵਲੌਗ ਰੈਡੀ ਸ਼ੈਡੀ ਹੋ ਚੁੱਕੇ ਹਾਂ ਟੌਹਰਾਂ ਨਿਕਲ ਗਈਆਂ ਗੁਲਾਬ ਲਾ ਲਿਆ ਆਪਾਂ ਅੱਗੇ ਤੇ ਵੀਰ ਨੇ ਐਨਕ ਜੜ ਲਈ ਹੋਈ ਆ ਕੰਡੇ ਨੀ ਵੱਜਦੇ ਵੀਰੇ ਵੀਰ ਤੇਰੀ ਐਨਕ ਮੈਂ ਐਨਕ ਲਾਉਂਦਾ ਨੀ ਯਾਰ ਗੋਲੀ ਖਾ ਲਈ ਤੂੰ ਜਿਹੜੀ ਤਗੜੀ ਕਰਕੇ ਗੋਲੀ ਮੋਟੀ ਖਾ ਲਈ ਆ ਸਵੇਰ ਦੀ ਖਾ ਲਈ ਆ ਤੇ ਸ਼ਾਮ ਤੱਕ ਤੂੰ ਡੱਕੇ ਰਹਿਣਾ ਤੇ ਰੈਡੀ ਸ਼ੈਡੀ ਹੋ ਚੁੱਕੇ ਆ ਤੇ ਉਹ ਅੱਗੇ ਤੋਂ ਵੇਖਿਓ ਵਲੌਗ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲਾਂ ਤੱਕ ਲਾਈਕ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਰੈਡੀ ਸ਼ੈਡੀ ਹੋ ਚੁੱਕੇ ਆ ਤੇ ਆਜੋ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਬਰਾਤ ਵਾਲਾ ਵਲੌਗ ਸਾਰਾ ਐਂਡ ਤੱਕ ਬਣੇ ਰਹੋ ਵਲੌਗ ਪੂਰਾ ਇੱਕਦਮ ਰੈਡੀ ਸ਼ੈਡੀ ਹੋ ਚੁੱਕੇ ਕਿਉਂਕਿ ਆਹ ਸਾਡਾ ਗੋਲਾ ਵੀ ਆ ਗਿਆ ਹੋਇਆ ਢਿੱਡਲ ਮੇਰਾ ਵੀਰ ਢਿੱਡ ਕਿੱਦਾਂ ਠੀਕ ਆ ਐਂ ਲੱਗਦਾ ਜਿਵੇਂ ਤਸਲੇ ਉੱਤੇ ਐਨਕ ਨੀ ਲਾਦੀ ਹੁੰਦੀ ਤੇ ਨੰਬਰ ਪਲੇਟ ਕਰਕੇ ਵੀ ਆਹ ਤਸਲਾ ਸਾਡਾ ਮੂੰਹ ਕਿੱਡਾ ਚੌੜਾ ਕੱਢਿਆ ਇਹਨੇ ਸੋ ਆ ਜਾਓ ਮਿਲਦੇ ਆ ਬਲੌਗ ਵਿੱਚ ਬਣੇ ਰਹੋ ਐਂਡ ਤੱਕ ਤੇ ਚਲੋ ਚੱਲਦੇ ਹਾਂ ਬਾਕੀ ਆਨੰਦ ਲਓ ਜ਼ਿੰਦਗੀ ਦੇ ਸਵਾਦ ਲਓ ਵੀਰ ਭਰਾਵਾਂ ਦੇ ਵਿਆਹ ਹੁੰਦੇ ਆ ਨੱਚੋ ਗਾਓ ਮੌਜ ਕਰੋ ਪੂਰੀ ਟੈਨਸ਼ਨਾਂ 'ਚ ਕੀ ਰੱਖਿਆ ਹੈ ਜਿਹੜਾ ਸਾਡਾ ਸਾੜਾ ਰਹਿੰਦੇ ਲੋਕੀ ਉਹਨਾਂ ਚੀਜ਼ਾਂ ਨੂੰ ਬਚ ਲਓ ਇਸ ਚੀਜ਼ ਕੋਈ ਫਾਇਦਾ ਨਹੀਂ ਹੈਗਾ ਸਵਾਦ ਲਓ ਜ਼ਿੰਦਗੀ ਦੇ ਅਤੇ ਹੱਸਦੇ ਵੱਸਦੇ ਰਹੋ ਹਮੇਸ਼ਾ ਬਾਕੀ ਤੁਸੀਂ ਆਪ ਸਿਆਣੇ ਹੀ ਹੋ ਕਿਸੇ ਨੂੰ ਮਤਾਂ ਆਪਾਂ ਅਸੀਂ ਵੀ ਨਹੀਂ ਦੇ ਸਕਦੇ ਇੰਨੇ ਯੋਗੇ ਹੈਗੇ ਸਮਝਦਾਰੀ ਤੁਹਾਡੇ ਹੱਥ 'ਚ ਅਤੇ ਜਿਹੜੀ ਥੋੜ੍ਹੀ ਬੁਰੀ ਜੈਲਸੀ ਹੈਗੀ ਹੈ ਇਹ ਕਰਨੀ ਛੱਡ ਦਿਓ ਮੇਰਾ ਵੀਰ ਕੁਛ ਕੁ ਬੰਦੇ ਹੈਗੇ ਬਾਕੀ ਕੀ ਵਾਰ ਦੇਖ ਹੀ ਰਹੇ ਹੁਣ ਬਾਕੀ ਬਣੇ ਰਹੋ ਐਂਡ ਤੱਕ ਮੁੰਡਾ ਸਾਡਾ ਤਿਆਰ ਹੋ ਗਿਆ ਜਾਣ ਦੇ ਲਈ ਮਾਮਾ ਜੀ ਦਾ ਮੁੰਡਾ ਕਹਿੰਦੇ ਮੁੰਡੇ ਨੇ ਚੀਕਾਂ ਮਰਾਈਆਂ ਹੋਈਆਂ ਮੁੰਡੇ ਦੇ ਮਾਮਾ ਜੀ ਦਾ ਮੁੰਡਾ ਕਹਿੰਦੇ ਅੱਗੇ ਆਵੇ ਹੁਮ ਹੁਮ ਆ ਕੇ ਪਹੁੰਚੇ ਭਰੇ ਮੈਦਾਨ ਦੇ ਵਿੱਚ ਵਿਆਹ ਵਾਲੇ ਨੇ ਚੀਕਾਂ ਮਰਾਈਆਂ ਹੋਈਆਂ ਨੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਮੁੰਡਾ ਕੁੜੀ ਨਾਲ ਸੋਹਣਾ ਵੇ ਕੁੜੀ ਮੁੰਡੇ ਨਾਲ ਸੋਹਣੀ ਆ ਮੁੰਡਾ ਸਰਵਾਲਾ ਜਗਾ ਗੁੰਗਾ ਕੇ ਪਾਇਆ ਬਗਰ ਉਹਦੇ ਘੋਟੇ ਘੜ ਪਾਰੇ ਵਾ ਸਰਵਾਲਾ ਘੋਟੇ ਘੜ ਵਾ ਸਰਵਾਲਾ ਦੇ ਲੱਗ ਰਹੇ ਧਰਤੀ ਥੱਲੇ ਧਸ ਲਈ ਠਾਣ ਨੂੰ ਰਿਆ ਹੋਣਾ ਚੱਲ ਮੇਰਾ ਵੀਰ ਹੌਸਲਾ ਆ ਹੁੰਦੇ ਤੈਨੂੰ ਆ ਜਾ ਮੈਦਾਨੇ ਆਣਾ ਪੈਲਸ ਤੇ ਪਹੁੰਚ ਚੁੱਕੇ ਸੀ ਮੈਨੂੰ ਪਤਾ ਸੀ ਮੇਰੇ ਵੀਰ ਜਿਹੜੇ ਕਿੱਥੇ ਦਿਖਣਗੇ ਹਮੇਸ਼ਾ ਉੱਥੇ ਹੀ ਖੜੇ ਆ ਹਾਂਜੀ ਮਾਮਾ ਜੀ ਦੇ ਮੁੰਡੇ ਸਗਰਾਸ ਦਾ ਆ ਸਟਾਲ ਵੀ ਛੱਡ ਦੋ ਤੁਸੀਂ ਸਟਾਲ ਹੀ ਹੜਨੇ ਆ ਵੀਰ ਇੱਧਰ ਇਹ ਆ ਇਹ ਪੂਰੀ ਵਿੱਚ ਸੁੱਤ ਮਾਰ ਰਿਹਾ ਮੁੰਡਾ ਇਹ ਬਣਿਆ ਕੋਈ ਕਲਾਕਾਰ ਬਣੇ ਅੱਜ ਘੜੀ ਬੁੜੀ ਸਟਾਲਾਂ ਦੇ ਘੜੀ ਬੁੜੀ ਸਟਾਲਾਂ ਦੇ ਇੱਧਰ ਵੀਰ ਇੱਧਰ ਵੀਰ ਨੂੰ ਦਿਖਾ ਰਹੇ ਹਸਨ ਭਾਜੀ ਹਾਂਜੀ ਆਸਟ੍ਰੇਲੀਆ ਦਾ ਬਹੁਤ ਸਨਮਾਨ ਬਹੁਤ ਮੁੰਡੇ ਨੇ ਮਾਮਾ ਜੀ ਮਾਮਾ ਜੀ ਚੁਪੜੀ ਜੇ ਹੋਊਗਾ ਉਹਨਾਂ ਨੂੰ ਪਰਚੀਆਂ ਦਾ ਤਾਂ ਘਾਟਾ ਪਿਆ ਆ ਬੰਟੀ ਡੀਜੇ
ਨੱਚਣਾ ਪੁੜਕਣਾ ਖਾਣਾ ਪੀਣਾ ਸਾਰਾ ਕੁਛ ਨਿਬੜ ਚੁੱਕਿਆ ਹੈ ਤੇ ਇੱਧਰ ਵਾਰੀ ਆ ਗਈ ਇਹ ਫੋਟੋਆਂ ਦੀ। ਹਾਂ ਕਿੱਦਾਂ ਸੀ ਵਿਆਹ ਫਿਰ? ਨਿਬੜ ਗਿਆ ਕੰਮ? ਵਧੀਆ ਵੀਰ ਸਾਡਾ ਮਫਲਰ ਜੋੜੀ ਜਾਂਦਾ, ਕੀ ਗੱਲ ਆ? ਹੈਂ ਕੀ ਦਿੱਕਤ ਆ? ਇਹਦੇ ਹੀ ਕੰਮ ਆ ਸਾਰਾ ਜਿਹੜਾ ਗੱਲ 'ਚ ਫੜਿਆ ਵਾ। ਹਾਂਜੀ ਜਿਹਨੇ ਤਲਵਾਰ ਫੜੀ ਹੋਵੇ ਉਹਦੀ ਤਿਆਰੀ ਛੇਤੀ ਹੁੰਦੀ ਆ, ਹੱਥ ਨਾ ਲਾ। ਬਸ ਆਉਂਦੀ ਵਾਰੀ ਇਹਦੀ ਵਾਰੀ ਆ ਫਿਰ। ਹੁਣ ਇਹਨੂੰ ਫੜਾਓ ਜਿਹੜਾ ਛੇਤੀ, ਇਹਦਾ ਛੇਤੀ ਹੋਵੇ। ਮੈਂ ਕਹਿੰਦਾ ਇਹਨੂੰ ਤਲਵਾਰ ਫੜਾਓ, ਇਹਦਾ ਛੇਤੀ ਹੋਵੇ ਥੋੜਾ। ਕੋਈ ਕੰਮ ਜ਼ਰੂਰੀ ਚੱਲੇ ਭਰਾ ਹੋਣੀ। ਉਹ ਭਰਾ ਮੇਰਾ ਮੋਗਿਆ ਮੇਲਾ ਖੜ ਗਿਆ ਸਾਈਡ ਤੇ ਹੋ ਗਿਆ ਠੰਡਾ ਹੋ ਗਿਆ। ਕੀ ਗੱਲ ਹੋਈ ਆ? ਹੈਂ ਖਤਮ ਕਹਾਣੀ ਆ? ਕਹਾਣੀ ਉਹਦੀ ਸ਼ੁਰੂ ਹੋਣ ਲੱਗੀ, ਸਟੋਰੀ ਸ਼ੁਰੂ ਹੋ ਲੱਗੀ ਆ। ਹੈਂ ਉਹ ਕਿੱਧਰ ਗਿਆ ਵਾ ਸਾਹਿਲ? ਥੋੜੇ ਬਹੁਤੇ ਰੀਤੀ ਰਿਵਾਜ ਰਹਿ ਗਏ, ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਘਰਾਂ ਨੂੰ। ਤੇ ਵਲੌਗ ਤੁਸੀਂ ਦੱਸਿਓ ਕਿੱਦਾਂ ਲੱਗਿਆ, ਘੈਂਟ ਹੀ ਕੰਮ? ਬਾਕੀ ਬਹੁਤ ਵਧੀਆ ਨਿਬੜ ਗਿਆ ਵਿਆਹ ਦਾ, ਮੰਗਲੇ ਹਾਸੇ ਉੱਤੇ ਲੱਗ ਗਏ ਬਥੇਰੇ, ਵਧੀਆ ਆ ਮਾਹੌਲ ਬਣ ਗਿਆ। ਸੋ ਬਾਕੀ ਜਿੱਦਾਂ ਤੁਹਾਨੂੰ ਪਤਾ ਹੀ ਤੁਸੀਂ ਵਲੌਗ ਤੁਸੀਂ ਦੇਖ ਚੁੱਕੇ ਐਂਡ ਤੱਕ, ਅਤੇ ਬਾਕੀ ਤੁਸੀਂ ਦੱਸਿਓ ਵਲੌਗ ਨੂੰ ਕਮੈਂਟ ਕਰਕੇ ਕਿੱਦਾਂ ਦਾ ਲੱਗਿਆ, ਅਤੇ ਵਧੀਆ ਸੀ ਆਪਸ ਨੂੰ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗਾ ਹੋਏਗਾ। ਅਤੇ ਇੱਧਰੋਂ ਵੀ ਨਿਬੜ ਚੁੱਕੇ ਹਾਂ ਅਤੇ ਹੁਣ ਜਾਂਦੇ ਆਪਾਂ ਘਰਾਂ ਨੂੰ। ਸੋ ਮਿਲਦੇ ਹਾਂ ਅਗਲੇ ਵਲੌਗਾਂ ਵਿੱਚ, ਛੇਤੀ ਬਣੇ ਰਹੋ। ਲਵ ਯੂ ਆਲ।